ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੀਲੇ ਦੇ ਅਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਰਵਣ ਸਿੰਘ ਪੰਦੇਰ ਹੁਣਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਕਿਸਾਨੀ ਅੰਦੋਲਨ ਨਾਲ ਜੁੜੀ ਨਵੀਂ ਅਪਡੇਟ ਸਾਂਝੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਗਰਮੀਆਂ ਦੇ ਮੱਦੇ ਨਜ਼ਰ ਕੁਝ ਤਿਆਰੀਆਂ ਕਰਨ ਦੀ ਅਪੀਲ ਕਰਦੇ ਹੋਏ ਸਰਵਣ ਸਿੰਘ ਪੰਦੇਰ ਨਜ਼ਰ ਆ ਰਹੇ ਨੇ ਕਿਉਂਕਿ ਕਿਸਾਨ ਲੀਡਰਾਂ ਦੇ ਵੱਲੋਂ ਹੁਣ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਅੰਦੋਲਨ ਜੋ ਹੈ ਉਹ ਲੰਬਾ ਵੀ ਚੱਲ ਸਕਦਾ ਹੈ ਤੇ ਉਸ ਦੇ ਮੱਦੇ ਨਜ਼ਰ ਤਿਆਰੀਆਂ ਵੀ ਉਸ ਤਰੀਕੇ ਦੀਆਂ ਹੀ ਵਧਣੀਆਂ ਚਾਹੀਦੀਆਂ ਨੇ ਇਦੇ ਨਾਲ ਹੀ ਭਾਜਪਾ ਔਰ ਅਕਾਲੀ ਦਲ ਦੇ ਉੱਤੇ ਵੀ ਜਮ ਕੇ ਨਿਸ਼ਾਨੇ ਸਾਧਦੇ ਹੋਏ ਸਰਵਣ ਸਿੰਘ ਪੰਦੇਰ ਨਜ਼ਰ ਆਏ ਨੇ ਕੀ ਕੁਝ ਕਹਿ ਰਹੇ ਨੇ ਆਓ ਸੁਣਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਦੇਖ ਲਈਏ ਵੱਤ ਵਾਦ ਦੇ ਨੂੰ ਸ਼ੇਅਰ ਕਰਨਾ ਮਾ ਭਰਾਓ ਤੁਹਾਨੂੰ ਪਤਾ ਹੋ ਇਹਨਾਂ ਸੌਖਾ ਨਹੀਂ ਹੈਗਾ ਸਾਨੂੰ ਸਾਡੇ ਤੇ 20 ਕਿਸਮ ਦੀਆਂ ਪਾਬੰਦੀਆਂ ਜਦੋਂ ਮੈਂ ਰੀਲ ਰੋਕ ਉੱਤੇ ਵੀ ਲਾਈਵ ਕਰ ਰਿਹਾ ਸੀ ਲਗਭਗ ਮੋਬਾਈਲ ਹੀ ਬੰਦ ਹੋ ਗਿਆ ਸੀਗਾ। ਤੋਂ ਜਦੋਂ ਤੁਸੀਂ ਇਹਨੂੰ ਦੇਖੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅੱਜ 29ਵਾਂ ਦਿਨ ਹੈਗਾ ਸਾਡਾ ਜਿਹੜਾ ਵਾ ਹਰਿਆਣੇ ਦੇ ਬਾਰਡਰਾਂ ਦੇ ਉੱਤੇ। ਔਰ ਹੁਣ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ ਕਿ ਗਾਹਾਂ ਦੇਖੋ ਹੁਣ ਗਰਮੀਆਂ ਤੁਰ ਪੈਣੀਆਂ ਨੇ। ਔਰ ਲਗਭਗ ਗਰਮੀ ਆ ਵੀ ਗਈ ਆ ਸਾਨੂੰ ਇਹਨਾਂ ਗਰਮੀਆਂ ਦਾ ਹੁਣ ਰੋ ਪ੍ਰਬੰਧ ਕਰ ਲੈਣਾ ਚਾਹੀਦਾ ਤਾਂ ਆ ਮੈਂ ਅੱਜ ਵੀ ਸ਼ਾਰਕਿਆ ਸੀਗਾ ਜਿਵੇਂ ਪੱਖੇ ਆ ਜੜੇ ਵੀ ਜਥੇ ਹੁਣ ਚਲੇ ਗਏ ਆ ਜਾਂ ਹੁਣ ਜਾਣਾ ਜਥਿਆਂ ਨੇ ਆ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਜਥੇ ਅੰਮ੍ਰਿਤਸਰ ਜ਼ਿਲ੍ਹੇ ਨੇ ਜਾਂ ਪੂਰੇ ਪੰਜਾਬ ਨੇ ਆਪੋ ਆਪਣੇ ਟੰਗ ਨਾਲ ਆਪਦੇ ਜਥੇ ਬੰਡੇ ਆ ਅੰਮ੍ਰਿਤਸਰ ਜ਼ਿਲ੍ਹਾ ਜਾਂ ਹੋਰ ਨਾ ਨੇ 10 20 ਤੇ 30 ਕੱਟ ਆਫ ਡੇਟ ਰੱਖ ਲਈਆਂ ਵੀ ਇਦਾਂ ਜਥੇ ਤੋਰਿਆ ਕਰਾਂਗੇ ਹਰ ਪਿੰਡ ਜਿਹੜਾ ਵਾ ਉਹ 10 ਦਿਨ ਲਾ ਕੇ ਜਿਹੜਾ ਇਹਨਾਂ ਡੇਟਾਂ ਤੇ ਜਾਇਆ ਕਰੂ ਇਹਨਾਂ ਡੇਟਾਂ ਤੇ ਆਇਆ ਕਰੂ ਸਾਰੇ ਆਗੂ ਸਹਿਬਾਨਾਂ ਦੀਆਂ ਡਿਊਟੀਆਂ ਲੱਗ ਗਈਆਂ ਇਹ ਅੰਮ੍ਰਿਤਸਰ ਜ਼ਿਲ੍ਹੇ ਦੀ ਵੰਡ ਹੈ ਇਸੇ ਤਰੀਕੇ ਨਾਲ ਸਾਡੇ ਪੰਜਾਬ ਦੀਆਂ ਹੋਰ ਜਥੇਬੰਦੀਆਂ ਜਾਂ ਸਾਡੇ ਪੰਜਾਬ ਦੇ ਹੋਰ ਜ਼ਿਲ੍ਹੇ ਉਹਨਾਂ ਨੇ ਆਪ ਦੇ ਢੰਗ ਨਾਲ ਹਰ ਇੱਕ ਨੇ ਵੰਡ ਕੀਤੀ ਹੋਈ ਆ ਇਸ ਕਰਕੇ ਬੇਨਤੀ ਵੀ ਜਿਹੜੇ ਵੀ ਹੁਣ ਜਾਣ ਕੇ ਵੀਰੋ ਜਿਹੜਾ ਵਾ ਉਹ ਉਹਨਾਂ ਨੂੰ ਬੇਨਤੀ ਆ ਵੀ ਉਹ ਜਦੋਂ ਤੁਰਦੇ ਆ ਇੱਕ ਤਾਂ ਪੱਖਾ ਇੱਕ ਲੰਮੀ ਤਾਰ ਇਹ ਵੀ ਚਾਹੀਦੀ ਲੰਮੀ ਤਾਰ ਚਾਹੀਦੀ ਆ ਔਰ ਇਹ ਦੋ ਗਾਹਾਂ ਜਿਵੇਂ ਦੇਖੋ ਨਾ ਤਰਪਾਲ ਲੱਗੀ ਆ ਚਾਰ ਸਪਰੇ ਚੁੱਕ ਕੇ ਤਰਪਾਲ ਹਵਾਦਾਰ ਕਰਾ ਕੇ ਤੇ ਉਹਨੂੰ ਜਾਲੀ ਲਾਉਣੀ ਪੈਣੀ ਹਰੀ ਜਾਲੀ ਆ ਜਾਂਦੀ ਆ ਮਗਰ ਜਾਲੀ ਰੱਖਣੀ ਪੈਣੀ ਆ ਇਹ ਉਹ ਦੂਰੀ ਅਰ ਫਿਰ ਮੱਛਰ ਤੋਂ ਬਚਣ ਲਈ ਬਹੁਤ ਸਾਰਾ ਸਾਡੇ ਕੋਲ ਸਮਾਨ ਹੁੰਦਾ ਅੰਦਰ ਅਸੀਂ ਲਾ ਸਕਦੇ ਆ ਠੀਕਾ ਆਟੋਮਾウス ਵੀ ਆਪਾਂ ਲੈ ਲੈਣੀ ਹੁੰਦੀ ਤੇ ਇਸ ਕਿਸਮ ਦੇ ਸਾਰੇ ਸਮਾਨ ਗਰਮੀਆਂ ਦੇ ਹੁਣ ਗਰਮੀਆਂ ਦੇ ਆਪਣੇ ਲਿਹੜੇ ਕੱਪੜੇ ਜਿਹੜੇ ਆ ਅੱਜ ਤੋਂ ਜੁੱਟ ਪੀਏ ਅਰ ਸਭ ਤੋਂ ਵੱਡੀ ਗੱਲ ਜੜੇ ਕੋਈ ਸੇਵਾ ਕਰਨਾ ਚਾਹੁੰਦੇ ਆ ਜਥੇਬੰਦੀਆਂ ਵੀ ਪ੍ਰਬੰਧ ਕਰਨੀਆਂ ਗਾਣ ਦੇਖੋ ਛੋਟਾ ਜਿਹਾ ਅ ਅੱਗ ਬਜਾਉ ਜੰਤਰ ਹੁੰਦਾ ਵਾ ਸੋ ਇਹਨਾਂ ਦੀ ਵੀ ਉੱਥੇ ਲੋੜ ਪੈਣੀ ਹੈਗੀ ਆ ਜਿਹੜੇ ਵੀਰ ਉੱਥੇ ਸੇਵਾ ਲਾ ਕੇ ਪਹੁੰਚਣ ਉਹਨਾਂ ਨੂੰ ਬੇਨਤੀ ਆ ਉਹ ਜਰੂਰ ਨਾਲ ਆਉਣ ਕਿਉਂਕਿ ਗਾਹਾਂ ਹਨੇਰੀ ਚੱਕੜ ਵੀ ਗਾਂ ਵੀ ਨੇ ਜਾ ਕੇ ਵੱਧ ਆਉਂਦੇ ਹੈਗੇ ਆ ਔਰ ਉਹਦੇ ਨਾਲ ਜਿਹੜਾ ਵਾਏ ਸਮੱਸਿਆ ਵੀ ਆ ਸਕਦੀ ਆ ਤਾਂ ਉਹ ਜਦੋਂ ਸਾਡੇ ਕੋਲ ਹੋਣਗੇ ਉਹਦੇ ਪ੍ਰਬੰਧ ਵੀ ਸਾਨੂੰ ਕਰਨੇ ਪੈਣੇ ਹੈਗੇ ਆ ਤਾਂ ਇਸ ਕਰਕੇ ਭਰਾਓ ਇਹ ਜਿਹੜਾ ਹੁਣ ਅੰਦੋਲਨ ਆ ਦੇਖੋ ਅੰਦੋਲਨ ਕੋ ਅਣਖ ਦਾ ਸਵਾਲ ਨਹੀਂ ਵੀ ਅਸੀਂ ਫੈਸਲਾ ਕਰ ਲਿਆ ਵੀ ਬੈਠੇ ਰਹਿਣਾ ਹੁਣ ਠੀਕ ਆ ਜਦੋਂ ਤੱਕ ਸਰਕਾਰ ਮੰਨਦੀ ਨਹੀਂ ਹੈਗੀ ਜਦੋਂ ਤੱਕ ਸਰਕਾਰ ਸਾਡੀ ਗੱਲ ਸੁਣਦੀ ਨਹੀਂ ਹੈਗੀ ਬਈ ਉਨਾ ਚਿਰ ਸੰਘਰਸ਼ ਤਾਂ ਕਰਨਾ ਪੈਣਾ ਇਸ ਕਰਕੇ ਸਾਰਿਆਂ ਨੂੰ ਬਈ ਬੇਨਤੀ ਆ ਵੀ ਇਹ ਲੰਮੇ ਦਾਅ ਦੇ ਸੰਘਰਸ਼ ਵਿੱਚ ਆਪੋ ਆਪਣਾ ਪ੍ਰਬੰਧ ਕਰਕੇ ਵੰਡ ਵੰਡਾਈ ਕਰਕੇ ਲਗਾਤਾਰ ਚੱਲਣਾ ਦੇਖੋ ਉਹਨਾਂ ਕੋਲੇ ਰਾਹ ਖੁੱਲੇ ਆ ਹੁਣ ਮੋਦੀ ਸਰਕਾਰ ਬੁਰੀ ਤਰ੍ਹਾਂ ਇਸ ਅੰਦੋਲਨ ਵਿੱਚ ਫਸ ਚੁੱਕੀ ਆ ਇਸੇ ਕਰਕੇ ਚੋਣ ਜਾਬਤਾ ਗਾਂ ਖੇਚ ਕੇ ਲਾਗੇ ਨਹੀਂ ਤੇ ਬਹੁਤ ਸਾਰੇ ਮਾਹਰ ਸਾਰਿਆਂ ਦੀਆਂ ਜਿਹੜੀਆਂ ਜਾਇ ਜੇ ਗਲਤ ਹੋ ਗਏ ਵੀ ਫਰਵਰੀ ਦੇ ਲਾਸਟ ਹੀ ਇਹਨਾਂ ਚੋਣਾਂ ਕਰ ਦੇਣੀਆਂ ਜੀ ਫਰਸਟ ਵੀਕ ਹੋ ਜੂਗੀ ਜੀ ਮਾਰਚ ਦੀ ਤਾਂ ਕਿਉਂ ਲੈ ਕੇ ਗਏ ਹੁਣ ਮੋਦੀ ਸਰਕਾਰ ਨੂੰ ਲੱਗਿਆ ਵੀ ਉਹ ਲਕਸ਼ਣਾ ਨਹੀਂ ਜਿੱਤ ਸਕਦਾ ਤਾਂ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਇਹਦੀ ਸਪੇਸ ਵੀ ਘਟੇ ਇਹ ਰੁਲੇ ਉਹ ਸੀਏ ਦਾ ਮਸਲਾ ਹੁਣ ਨੋਟੀਫਾਈ ਕਰਤਾ ਮੰਨ ਲਓ ਜੇ ਮੋਦੀ ਸਰਕਾਰ ਨੇ ਵਿਕਾਸ ਵਧੀਆ ਕੀਤਾ ਸੀ ਜੇ ਉਹਨਾਂ ਨੂੰ ਕੌਨਫੀਡੈਂਸ ਸੀਗਾ ਵੀ ਅਸੀਂ ਲක්ෂਣ ਜਿੱਤ ਜਾਣੀ ਆ ਫਿਰ ਸੀਏ ਦਾ ਮੁੱਦਾ ਵਿੱਚ ਲਿਆਉਣ ਦੀ ਕੋ ਲੋੜ ਨਹੀਂ ਸੀ ਹੈਗੀ ਇਸੇ ਕਰਕੇ ਹੁਣ ਲਿਆਂਦਾ ਗੈਨ ਲක්ෂਣਾ ਦੇ ਸਾਹਮਣੇ ਉਹਨਾਂ ਨੂੰ ਲੱਗਦਾ ਵੀ ਅਸੀਂ ਜਿੱਤ ਨਹੀਂ ਰਹੇ ਇਹ ਇਹ ਪਹਿਲੀ ਔਰ ਜਿਹੜਾ ਅੰਦੋਲਨ ਦਾ ਸੇਕ ਆ ਉਹਨੇ ਮੋਦੀ ਸਰਕਾਰ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਸਮੱਸਿਆ ਕ੍ਰੀਏਟ ਕੀਤੀ ਇਸ ਕਰਕੇ ਇਹਦਾ ਰਾਤ ਨੋਟੀਫਿਕੇਸ਼ਨ ਹੋਇਆ ਵਾ ਬੇਸ਼ੱਕ ਅਜੇ ਨੋਟੀਫਿਕੇਸ਼ਨ ਕੀ ਹੋਇਆ ਵਾ ਉਹ ਸਾਰਾ ਪੜਨ ਦਾ ਵਿਸ਼ਾ ਵਾ ਸਾਰਾ ਸੋਚ ਕੇ ਤੇ ਫਿਰ ਕਿਵੇਂ ਚੱਲਣਾ ਪਰ ਇਹ ਜ਼ਰੂਰ ਆ ਵੀ ਇਹ ਕਾਲ ਚ ਚੁੱਕਿਆ ਗਿਆ ਕਦਮ ਔਰ ਆਪਣੇ ਲਕਸ਼ਣ ਨੂੰ ਕੈਸ਼ ਕਰਨ ਲਈ ਠੀਕ ਹੈ ਜੀ ਜੇ ਭਾਈ ਉਹ ਸੱਚੇ ਸੀ ਤਾਂ ਭਾਈ ਜਿਹੜੇ ਮੁੱਦੇ ਜਿਹੜਾ ਉਹਨਾਂ 5 ਸਾਲ ਵਿਕਾਸ ਕੀਤਾ ਜਿਹੜਾ ਕੰਮ ਕੀਤਾ ਉਹਨਾਂ ਤੇ ਉਹਨਾਂ ਨੂੰ ਲੱਛਣ ਲੜ ਲੈਣੀ ਚਾਹੀਦੀ ਸੀ ਕੌਨਫੀਡੈਂਸ ਨਹੀਂ ਆਇਆ ਆਪਣੇ ਖਵਤੀ ਵਿਕਾਸ ਤੇ ਇਹ ਦੇਣਾ ਮਤਲਬ ਲੋਕਾਂ ਨੂੰ ਕਿਹੜੇ ਮੁੱਦੇ ਜਜਬਾਤੀ ਤੌਰ ਤੇ ਟੰਬਦੇ ਨੇ ਦੋ ਕਿਸਮ ਦੇ ਰੌਲੇ ਹੁੰਦੇ ਇੱਕ ਤਾਂ ਵਿਕਾਸ ਤੋਂ ਡਾ ਜ਼ਮੀਨ ਨਾਲ ਜੁੜਿਆ ਹੋਇਆ ਕਿਸਾਨ ਦਾ ਮਜ਼ਦੂਰ ਦਾ ਨੌਜਵਾਨ ਦਾ ਛੋਟੇ ਲੱਘੂ ਉਦਯੋਗ ਦਾ ਸ਼ਹਿਰੀ ਵਰਗ ਦਾ ਦੁਕਾਨਦਾਰਾਂ ਦਾ ਤੁਹਾਡਾ ਰਜਕਾਰ ਇਹ ਜੁੜੇ ਹੁੰਦੇ ਹਕੀਕੀ ਹੁੰਦੇ ਆ ਇਹ ਚ ਕੋਈ ਸਰਕਾਰ ਬੋਲੇ ਚਾਹੇ ਨਾ ਬੋਲੇ ਕੋਈ ਵੀ ਸਰਕਾਰ ਇਹਨੂੰ ਹਕੀਕੀ ਸ਼ੋਹਾ ਦਿੰਦੀ ਆ ਤਾਂ ਲੋਕ ਉਹਨੂੰ ਚੰਗਾ ਸਮਝਦੇ ਹੁੰਦੇ ਆ ਇਹਦਾ ਮਤਲਬ ਉਹਨਾਂ ਨੂੰ ਲੱਗਿਆ ਇਹ ਕੋ ਮੁੱਦੇ ਹੁੰਦੇ ਆ ਜਿੱਚ ਲੋਕ ਜਜ਼ਬਾਤੀ ਮੋਹ ਵਹਾਹ ਚ ਬੰਦੇ ਹੁੰਦੇ ਆ ਉਹਦਾ ਵਿਕਾਸ ਨਾ ਕੋਈ ਤੋਂ ਇਸ ਕਰਕੇ ਜਜ਼ਬਾਤੀ ਮੋਹ ਵਾਲੇ ਮੁੱਦੇ ਜੜੇ ਆ ਇਹ ਇਹ ਲਿਆਂਦੇ ਜਾ ਰਹੇ ਆ ਇਹ ਨਾਰੇ ਦਿੱਤੇ ਜਾ ਰਹੇ ਤੂੰ ਕੋਸ਼ਿਸ਼ ਇਹ ਰਹਾ ਰਿਹਾ ਬਸ ਸਾਡੀ ਆ ਵੀ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ ਵੀ ਠੀਕ ਆ ਵੀ ਜਿਵੇਂ अफगानिस्तान ਤੋਂ بنگਲਾਦੇਸ਼ ਤੋਂ ਪਾਕਿਸਤਾਨ ਤੋਂ ਜਿਹੜੇ ਮਨੋਰਟੀਜ਼ ਨੇ ਘੱਟ ਗਿਣਤੀਆਂ ਨੇ ਉੱਥੇ ਜ਼ਬਰ ਹੋਣ ਕਰਕੇ ਉਹ ਉੱਥੇ ਛੱਡ ਕੇ ਆਈਆਂ ਇੰਡੀਆ ਦੇ ਵਿੱਚ ਉਹਨਾਂ ਨੂੰ ਅਸੀਂ ਜਿਹੜੀ ਆ ਭਾਰਤ ਦੀ ਨਾਗਰਿਕਤਾ ਦੇ ਦਾਂਗੇ ਠੀਕ ਹੈ ਭਾਈ ਔਰ ਜੋ ਇਹ ਵੀ ਗੱਲਾਂ ਨੇ ਵੀ افغانستان ਚ بنگਲਾਦੇਸ਼ ਚ ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਨਾਲ ਜ਼ਬਰ ਹੋਇਆ ਉੱਥੋਂ ਦੀਆਂ ਸਰਕਾਰਾਂ ਜਿਹੜੀ ਉਹ ਆਪਣੀ ਘੱਟ ਗਿਣਤੀ ਨੂੰ ਇਨਸਾਫ ਨਹੀਂ ਦੇ ਸਕੀਆਂ ਇਹ ਇਹ ਚ ਕੋਈ ਰੌਲਾ ਨਹੀਂ ਹੈਗਾ ਇਹ ਸਹੀ ਆ ਉੱਥੇ ਘੱਟ ਗਿਣਤੀਆਂ ਦੀ ਗਿਣਤੀ ਘਟੀ ਆ ਇਹ ਇਹ ਵੀ ਸੱਚ ਹੈਗਾ ਜਿਹੜੀ ਗੱਲ ਹੁਣ ਦੇਖੋ ਮੰਨ ਲਈਏ ਗੱਲ ਪਰ ਇਹਦਾ ਕੀ ਮਤਲਬ ਹੈਗਾ ਵੀ ਜੋ ਕੁਝ ਉਹਨਾਂ ਮੁਲਕਾਂ 'ਚ ਹੋ ਰਿਹਾ ਠੀਕ ਹੈ ਜੀ ਸਾਡੇ ਮੁਲਕ 'ਚ ਵੀ ਉਹ ਹੋਵੇ ਸਾਡਾ ਮੁਲਕ ਭਾਰਤ ਰਾਜਾਂ ਦਾ ਸਮੂਹ ਆ ਅਰੇ ਧਰਮ ਨਿਰਪੱਖ ਮੁਲਕ ਆ ਇਹਦਾ ਸੰਵਿਧਾਨ ਇਹਦਾ ਕਾਇਦਾ ਕਾਨੂੰਨ ਹਰ ਇੱਕ ਨੂੰ ਇੱਥੇ ਜੀਣ ਦਾ ਰਹਿਣ ਦਾ ਉਹਦੇ ਮੌਲਕ ਅਧਿਕਾਰ ਨੇ ਦੋ ਗੱਲਾਂ ਭਾਈ ਇਸ ਕਰਕੇ ਅਸੀਂ ਆਪਣੀਆਂ ਮਨੋਰਟੀਆ ਨੂੰ ਇੱਥੇ ਨਿਸ਼ਾਨਾ ਬਣਾਈਏ ਉਹਦੇ ਵਿੱਚ ਜਿਹੜਾ ਪਹਿਲਾ ਜੈ ਵੀ ਜਿਹੜੇ ਗੈਰ ਮੁਸਲਮ ਨੇ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਊ ਹਜੇ ਦੇ ਹੱਥ ਨਹੀਂ ਫੇਰ ਵੀ ਭਾਈ ਇਹ ਵਿਚਾਰ ਵਾਲਾ ਵਿਸ਼ਾ ਵਸ ਸਾਰੀ ਗੱਲਾਂ ਇਹਦੇ ਤੇ ਵਿਚਾਰ ਕੇ ਹੀ ਸੰਭਵ ਹੈਗੀ ਵੀ ਕੀ ਕਿਹੜੇ ਮਸਲੇ ਤੇ ਉਹਨਾਂ ਨੋਟੀਫਾਈ ਕੀਤਾ ਵਾ ਸਾਰੀ ਗੱਲ ਸਾਹਮਣੇ ਆਜੂਗੀ। ਤੋ ਇਸ ਕਰਕੇ ਭਲਾ ਜੇ ਇੰਨਾ ਚੰਗਾ ਫੈਸਲਾ ਸੀਗਾ ਫਿਰ ਤੁਹਾਨੂੰ ਸਵੇਦਨਸ਼ੀਲ ਏਰੀਏ ਦੇ ਵਿੱਚ ਅਰਧ ਸੈਨਿਕ ਫੋਰਸ ਕਿਉਂ ਲਾਉਣੀਆਂ ਪੈ ਗਈਆਂ? ਅਸੀਂ ਤਾਂ ਭਾਈ ਫਿਰ ਅਪੀਲ ਕਰਾਂਗੇ। ਭਾਈ ਕਿਸੇ ਨੂੰ ਲੱਗਦਾ ਹੈ ਕਾਨੂੰਨ ਕਾਇਦਾ ਠੀਕ ਨਹੀਂ ਹੈਗਾ। ਉਹਨਾਂ ਦਾ ਹੱਕ ਆ ਇਹਦਾ ਵਿਰੋਧ ਕਰਨਾ ਪਰ ਪੀਸਫੁਲੀ ਟੰਗਣਾ ਭਾਈ ਚਾਰਖਾਂਜ ਹਿੰਦੁਸਤਾਨ ਦੇ ਵਿੱਚ ਨਹੀਂ ਸਾਡੀ ਜਿਹੜੀ ਟੁੱਟਣੀ ਚਾਹੀਦੀ। ਇਹ ਸਾਡਾ ਮੰਨਣਾ। ਪਰ ਸਰਕਾਰ ਨੇ ਐਨ ਜਾ ਕੇ ਮੌਕੇ ਤੇ ਕਿਸਾਨ ਅੰਦੋਲਨ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਦਾ ਨੁਕਸਾਨ ਕਰਨ ਵਾਸਤੇ ਇਹ ਵਿੱਚ ਮੁੱਦਾ ਵਾੜਿਆ ਹੈਗਾ ਹਰ ਇਦੋਂ ਗਾਂ ਜਿਵੇਂ ਅਦਾਲਤ ਦੇ ਵਿੱਚ ਇਲੈਕਟ੍ਰੋਨਿਕ ਜਿਹੜਾ ਉਹ ਬਾਉਂਡ ਆ ਜਦੋਂ ਪੈਸੇ ਜਿਹੜੇ ਆ ਕੰਪਨੀਆਂ ਜਿਹੜੀਆਂ ਨੇ ਜਿਹੜੇ ਉਹ ਪਾਰਟੀਆਂ ਨੂੰ ਸਪੋਰਟ ਕਰਦੀਆਂ ਨੇ ਜਿਹੜਾ ਚੰਦਾ ਦਿੰਦੀਆਂ ਨੇ ਉਹਨੂੰ ਜਨਤਕ ਕਰਨ ਵਾਲੇ ਮਸਲੇ ਦੇ ਉੱਤੇ ਸਰਕਾਰ ਬੁਰੀ ਤਰ੍ਹਾਂ ਫਸੀ ਆ ਪਰ ਜਿੰਨਾ ਜਿੰਨਾ ਵੀ ਲੋਕਾਂ ਨੇ ਪਾਜਪਾ ਨੂੰ ਜਾਂ ਕਿਸੇ ਵੀ ਪਾਰਟੀ ਨੂੰ ਪੈਸੇ ਦਿੱਤੇ ਨੇ ਉਹ ਜਨ ਤੱਕ ਕੀਤੇ ਜਾਣ ਉਹਦੇ ਵਿੱਚ ਵੀ ਸੁਪਰੀਮ ਕੋਰਟ ਵਿੱਚ ਬੁਰੀ ਤਰ੍ਹਾਂ ਫੱਸੀ ਪਈ ਸੀ ਪਾਜਪਾ ਸਰਕਾਰ ਤੋਂ ਇਹਨਾਂ ਕਿਸਾਨ ਮਜ਼ਦੂਰ ਅੰਦੋਲਨ ਸਭ ਤੋਂ ਇੱਕ ਨੰਬਰ ਤੇ ਇਹ ਮੁੱਦਿਆਂ ਤੋਂ ਜਾਨ ਬਚਾਉਣ ਲਈ ਆਹ ਮੁੱਦਾ ਵਿੱਚ ਵਾੜਿਆ ਗਿਆ ਵਾ ਚਲੋ ਆਰੇ ਇਸ ਕਰਕੇ ਜਿਵੇਂ ਸ਼ੇਕ ਲੱਗ ਰਿਹਾ ਹੈ ਵੀ ਸਾਡੇ ਕੋਲ ਸ਼ਾਇਦ ਜਿੱਤਿਆ ਨਹੀਂ ਜਾਣਾ ਹੈਗਾ ਇਹ ਚੀਜ਼ਾਂ ਤਾਂ ਤੁਹਾਡੇ ਸਾਹਮਣੇ ਹੀ ਹੈਗੀਆਂ ਤੋਂ ਇਸ ਕਰਕੇ ਭਰਾਓ ਬੁਰੀ ਤਰ੍ਹਾਂ ਫਸੀ ਹੋਈ ਆ ਸਰਕਾਰ ਇਸ ਕਰਕੇ ਤੁਸੀਂ ਲੰਮੇ ਦਾ ਤੋਂ ਅੰਦੋਲਨ ਚੱਲਣ ਵਾਸਤੇ ਆਪਣੀਆਂ ਤਿਆਰੀਆਂ ਪੂਰੀਆਂ ਕਰ ਲੋ ਅਰੇ ਇਹ ਅੰਮ੍ਰਿਤਸਰ ਜ਼ਿਲ੍ਹਾ ਖਾਸ ਕਰਕੇ 10 20 ਤੇ 30 ਨੂੰ ਜੇ ਹੋਰ ਕੋਈ ਜ਼ਿਲ੍ਹਿਆਂ ਦਾ ਪ੍ਰਬੰਧੂ ਇਹ ਆਪਣੇ ਜਥੇ ਤੋਰਿਆ ਕਰੂਗਾ ਸਾਨੂੰ ਸਾਰਿਆ ਗਰਮੀਆਂ ਦਾ ਸਾਜੋ ਸਮਾਨ ਸਭ ਤੋਂ ਵੱਡੀ ਗੱਲ ਜੇ ਅੰਦੋਲਨ ਜਿਤਨਾ ਜਾ ਵੀ ਰਹੀਆਂ ਸਾਡੀਆਂ ਮਤਾਵਾ ਪੈਣਾ ਅਰ ਗਾਂ ਵੀ ਮਤਾਵਾ ਪੈਣਾ ਬਰਾਬਰੀ ਤੇ ਜਾਣ ਦੇਖੋ ਜੇ ਆਪਣੀਆਂ ਨਸਲਾਂ ਤੇ ਫਸਲਾਂ ਦੀ ਲੜਾਈ ਜਿੱਤਣੀ ਹੈ ਆ ਭਾਈ ਫਿਰ ਇਹ ਬਤਾਵਾ ਪੈਣਾ ਦੀ ਹਾਜ਼ਰੀ ਫੁੱਲ ਲੱਗਣੀ ਚਾਹੀਦੀ ਆ ਇਹ ਤੋਂ ਗਾਹਾਂ ਕਿ ਪੰਜਾਬ ਸਰਕਾਰ ਵੀ ਸਪਸ਼ਟ ਕਰੇ ਵੀ ਕੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਲਿਖਤੀ ਦਿੱਤਾ ਹੈਗਾ ਵੀ ਸਾਨੂੰ ਕੇਂਦਰੀ ਰਿਜ਼ਰਵ ਫੋਰਸਾਂ ਚਾਹੀਦੀਆਂ ਜੇ ਦਿੱਤਾ ਹੈਗਾ ਤਾਂ ਮੁੱਖ ਮੰਤਰੀ ਸਾਹਿਬ ਸਪਸ਼ਟ ਕਰਨ ਵੀ ਕੀ ਲੋੜ ਪੈਗੀ ਤੁਹਾਨੂੰ ਆਪਣੀ ਪੰਜਾਬ ਪੁਲਿਸ ਤੇ ਯਕੀਨ ਮੁੱਕ ਗਿਆ ਵੀ ਤੁਸੀਂ ਗਾਹਾਂ ਲਕਸ਼ਣ ਕਰਾ ਲਓ ਕਿ ਜਾਂ ਇਹਦੇ ਕੀ ਰੀਜਨ ਨੇ ਚਲੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਪਸ਼ਟ ਹੋਵੇ ਇਦੋ ਗਾਂ ਗਰਮੀਆਂ ਦੇ ਵਿੱਚ ਅਸੀਂ ਪੰਜਾਬ ਸਰਕਾਰ ਜਿਹੜੀ ਔਰ ਉਹਨੂੰ ਕਹਿਣਾ ਚਾਹੁੰਦੇ ਆਂ ਔਰ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਕੇਜਰੀਵਾਲ ਜੀ ਪਾਈ ਉੱਥੇ ਬਿਜਲੀ ਦੀ ਬਹੁਤ ਲੋੜ ਆ ਸ਼ੰਭੂ ਬਾਰਡਰ ਤੇ ਜਾਂ ਖਨੌਰੀ ਤੇ ਉੱਥੇ ਜਿਹੜੇ ਟਰਾਂਸਫਾਰਮ ਉਹ ਛੋਟੇ ਨੇ ਉਹਨਾਂ ਨੂੰ ਵੱਡੇ ਕਰਵਾਵੇਂ ਅਸੀਂ ਦਿੱਲੀ ਮੋਰਚਾ ਲਾਇਆ ਸੀ ਸਾਨੂੰ ਬਿਜਲੀ ਦੀ ਕੋਈ ਸਮੱਸਿਆ ਨਹੀਂ ਸੀ ਆਗੀ ਜਿਹੜੀ ਕਹਿੰਦੇ ਅਸੀਂ ਸਪੋਰਟ ਕਰਦੇ ਹਾਂ ਕਿਸਾਨਾਂ ਦੀ ਉਸ ਸਪਸ਼ਟ ਕਰਨ ਵੀ ਉੱਥੇ ਬਿਜਲੀ ਦੇ ਟਰਾਂਸਫਾਰਮਰ ਨੇ ਕੋ ਵੱਧ ਹੁੰਦੇ ਉੱਥੇ ਲਾ ਕੇ ਪੂਰੀ ਤਰ੍ਹਾਂ ਬਿਜਲੀ ਸਚਾਰੂ ਰੂਪ ਵਿੱਚ ਕਿਉਂਕਿ ਪੱਖੇ ਵੀ ਚੱਲਣੇ ਆ ਹੋਰ ਗਰਮੀਆਂ ਦਾ ਸਮਾਨ ਆਉਣਾ ਇਸ ਕਰਕੇ ਬਿਜਲੀ ਦੀ ਬਹੁਤ ਲੋਡ ਹੁੰਦੀ ਆ ਜਾਂ ਜਿਹੜੀ ਉੱਥੇ ਚੌਂਕੀ ਸੀਗੀ ਉੱਥੇ ਟਰਾਂਸਫਾਰਮ ਨਿੱਕਾ ਵਾ ਉਹ ਉਹਨਾਂ ਨੇ ਬਾਈ ਉੱਥੇ ਕਿਸਾਨਾਂ ਦੀ ਤਾਰ ਨਹੀਂ ਲੱਗਣ ਦਿੱਤੀ ਹੈਗੀ ਉਹਨਾਂ ਨੇ ਕਿਸਾਨਾਂ ਦੀ ਤਾਰ ਨਹੀਂ ਲੱਗਣ ਦਿੱਤੀ ਹੈਗੀ ਉਸ ਚੌਂਕੀ ਤੇ ਉਹ ਟਰਾਂਸਫਾਰਮ ਬਟਾ ਕੀਤਾ ਜਾ ਸਕਦਾ ਵੱਖਰੇ ਟਰਾਂਸਫਾਰਮ ਰੱਖੇ ਜਾ ਸਕਦੇ ਆ ਇਹਦਾ ਮਤਲਬ ਨਿਰਦੇਸ਼ ਪਿੱਛੋਂ ਨਹੀਂ ਹੈਗੇ ਤਾਂ ਅਸੀਂ ਕੇਜਰੀਵਾਲ ਨੂੰ ਕਹਿੰਨੇ ਬਾਈ ਜੇ ਦਿੱਲੀ ਚ ਬੱਤੀ ਬਾਦੀ ਰਹੀ ਸੀ ਤੇ ਇੱਥੇ ਵੀ ਬਿਜਲੀ ਸ਼ੰਭੂ ਬਾਰਡਰ ਦੇ ਵਿੱਚ ਵੱਡੀ ਕਰੋ ਤੇ ਜਿਹੜਾ ਕੇਜਰੀਵਾਲ ਸਾਹਿਬ ਹੁਣਾਂ ਦਾ ਹਰਿਆਣੇ ਚ ਬਿਆਨ ਸੀਗਾ ਵੀ ਕਿਸਾਨਾਂ ਨੂੰ ਹਰ ਕੀ ਹੰਝੂ ਗੈਸ ਦਿੱਤੇ ਕੇਜਰੀਵਾਲ ਦੀ ਸਹੀ ਬੋਲੋ ਕੱਲਾ ਹੰਝੂ ਗੈਸ ਨਹੀਂ ਗੋਲੀਆਂ ਵੀ ਸਿੱਧੀਆਂ ਮਾਰੀਆਂ ਵਾ ਸਾਨੂੰ ਠੀਕ ਆ ਆਹ ਰੋ ਵੀ ਡਰੋਨ ਜਿਸਰਾਈਲ ਦੇ ਮਗਾਇ ਡਰੋਨਾਂ ਤੋਂ ਹੰਝੂ ਗੈਸ ਰਬੜ ਦੀਆਂ ਗੋਲੀਆਂ ਸਾਰੀ ਗੱਲ ਕਹੋ ਨਾ ਤੁਸੀਂ ਅੱਧੀ ਗੱਲ ਲਕਾਉਂਦੇ ਕਿਉਂ ਜੋ ਭਾਜਪਾ ਕੋ ਡਰਦੇ ਹੋਏ ਸਾਰੀ ਗੱਲ ਕਹੋ ਜੇ ਵੀ ਅਲੋਚਨਾ ਹੀ ਕਰਨੀ ਆ ਕਿਸੇ ਦੀ ਤਾਂ ਸਪਸ਼ਟ ਹੋ ਸਕੇ ਸੋ ਕਿਉਂਕਿ ਥੋੜੀ ਮੰਨੀ ਜਾਣੀ ਆ ਪੰਜਾਬ ਸਰਕਾਰ ਨੇ ਥੋੜੀ ਮੰਨਣੀ ਆ ਥੋੜੀ ਸਰਕਾਰ ਆ ਇਸ ਕਰਕੇ ਤੁਸੀਂ ਜਿੰਨੇ ਵੀ ਬਾਰਡਰਾਂ ਤੇ ਕੱਲ ਨੂੰ ਤੀਸਰੇ ਬਾਰਡਰ ਦੇ ਵੀ ਲੋਕ ਚਲੇ ਗਏ ਆ ਜਾ ਰਹੇ ਆ ਤਿਆਰੀ ਆ ਜਿੰਨੇ ਵੀ ਬਾਰਡਰਾਂ ਤੇ ਮੋਰਚਾ ਚੱਲਦਾ ਉੱਥੇ ਬਿਜਲੀ ਦਾ ਪ੍ਰਬੰਧ ਪੰਜਾਬ ਸਰਕਾਰ ਸੁਚਾਰੂ ਰੂਪ ਵਿੱਚ ਕਰਕੇ ਦੇਖੇ ਨਹੀਂ ਕਰੂਗੀ ਉਹ ਵੀ ਦੱਸ ਦਾਂਗੇ ਫਿਰ ਅਸੀਂ ਦੇਖਾਂਗੇ ਕਿਵੇਂ ਕਰਵਾਉਣਾ ਬਾਈ ਵੇ ਹੁਣ ਤੁਹਾਡੇ ਬਿਜਲੀ ਦਫਤਰ ਘੇਰਨੇ ਪੈਣੇ ਆ ਜਾਂ ਤੁਹਾਡਾ ਐਮ ਡੀ ਦਾ ਦਫਤਰ ਘੇਰਨਾ ਪੈਣਾ ਪਟਿਆਲੇ ਵਾਲਾ ਦੇਖ ਲਿਓ ਇਹ ਤੇ ਕਰਵਾਵਾਂਗੇ ਸਾਰਾ ਕੁਝ ਸੋ ਇਹਦੇ ਨਾਲ ਹੁਣ ਅਸੀਂ ਅੰਮ੍ਰਿਤਸਰ ਦੇ ਵਿੱਚ ਜਾ ਕੇ ਜਾਜੇ ਲੈ ਕੇ ਸਾਰੇ ਪ੍ਰਬੰਧ ਕਰਾਂਗੇ ਔਰ ਵੱਧ ਤੋਂ ਵੱਧ ਜਿਹੜੀ ਆ ਆਪਣੀ ਸੰਖਿਆ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਵਧਾਈ ਜਾਵੇ ਅਸੀਂ ਅੱਜ ਆਪਣੇ ਕਿਸਾਨ ਮਜ਼ਦੂਰ ਮੋਰਚਾ ਫੋਰਮ ਦੀ ਵੀ ਮੀਟਿੰਗ ਕਰਨੀ ਆ ਸਾਂਝੀਆਂ ਮੀਟਿੰਗਾਂ ਵੀ ਹੋਣਗੇ ਸੋ 1-2 ਦਿਨਾਂ ਦੇ ਵਿੱਚ ਅਗਲੀ ਰਣਨੀਤੀ ਮੋਰਚੇ ਦੀ ਦੋਵਾਂ ਐਸਕੇਐਮ ਗੈਰ-ਰਾਜਨੀਤਿਕ ਤੇ ਕੇਐਮਐਮ ਦੀ ਕੀ ਹੋਊਗੀ ਇਹ ਜਨਤਾ ਦੇ ਸਾਹਮਣੇ ਆ ਜਾਣੀ ਆ ਔਰ ਦੇਖੋ ਜਿਹੜੇ ਕਹਿੰਦੇ ਸੀ ਵੀ ਇਹ ਜਿਹੜੇ ਮੋਰਚੇ ਵਾਲੇ ਫਸ ਗਏ ਆ ਉਹ ਬਈ ਅਸੀਂ ਕਿਵੇਂ ਫਸ ਗਏ ਅਸੀਂ ਕੋਈ ਫਸੇ ਨਹੀਂ ਹੈਗੇ ਸਰਕਾਰ ਫਸਾ ਲਈ ਆ ਜਿਹੜੀ ਸਰਕਾਰ ਨੇ ਫੈਸਲਾ ਕੀਤਾ ਸੀ ਵੀ ਸਾਨੂੰ ਬਾਰਡਰਾਂ ਤੇ ਰੋਕਣਾ ਵਾ ਇਹਨਾਂ ਨੂੰ ਪੰਜਾਬ ਚੋਂ ਬਾਹਰ ਨਹੀਂ ਨਿਕਲ ਦੇਣਾ ਅੰਦੋਲਨ ਜਿੱਥੇ ਲੋਕਾਂ ਦੀ ਵੱਡੀ ਲਾਮਬੰਦੀ ਕਰਕੇ ਮਸ਼ਹੂਰ ਹੋਇਆ ਉਸ ਤੋਂ ਵੱਧ ਅੰਦੋਲਨ ਤੋਂ ਪਹਿਲਾਂ ਜਿਹੜੇ 5 ਦਿਨ ਇਹ ਨਲਾਕੀ ਸਰਕਾਰ ਦੀ ਜਿਵੇਂ ਹਾਈਵੇ ਤੇ ਦਵਾਰਾਂ ਕੱਢੀਆਂ ਗਈਆਂ ਸ਼ੰਭੂ ਤੇ ਖਨੌਰੀ ਤੇ ਡੱਬ ਵਾਲੀ ਤੇ ਗੰਗਾ ਨਗਰ ਵਾਲੇ ਰਾਸਤਾ ਨਾਲੇ ਸੜਕਾਂ ਤੇ ਬੈਰੀਕੇਡ ਜਿਵੇਂ ਦੁਵਾਰਾਂ ਕੱਢੀਆਂ ਗਈਆਂ ਜਿਵੇਂ ਕਿਲ ਕਾਂਡੀਆਂ ਲਾਈਆਂ ਗਈਆਂ ਜਿਵੇਂ ਪ੍ਰਬੰਧ ਅਰਧ ਸੈਨਿਕਾਂ ਦੇ ਕੀਤੇ ਗਏ ਔਰ ਬਾੜਾਂ ਤੋਂ 100-100 ਕਿਲੋਮੀਟਰ ਦੇ ਤਿੰਨ-ਤਿੰਨ ਨਾਕੇ ਲਾਏ ਗਏ ਦਿੱਲੀ ਨੂੰ ਘੇਰਾ ਪਾਇਆ ਗਿਆ ਇਸ ਨਾਲ ਜਿਆਦਾ ਮਸ਼ਹੂਰ ਹੋਇਆ ਅੰਦੋਲਨ ਭਾਈ ਸਰਕਾਰ ਆਪਸੇ ਪਸਰਵਨ ਸਿੰਘ ਪੰਦੇਰ ਹੁਣਾਂ ਨੇ ਗਰਮੀਆਂ ਦੇ ਲਈ ਕਿਵੇਂ ਟਰਾਲੀਆਂ ਤਿਆਰ ਕਰਕੇ ਲਿਆਉਣੀਆਂ ਨੇ ਕਿਸ ਤਰੀਕੇ ਦੀ ਤਿਆਰੀ ਕਿਸਾਨਾਂ ਦੇ ਵੱਲੋਂ ਵਿੱਢਣੀ ਹੈ ਅੱਗੇ ਦੀ ਰਣਨੀਤੀ ਕੀ ਹੈ ਔਰ ਸਰਕਾਰਾ ਇਸ ਅੰਦੋਲਨ ਨੂੰ ਲੈ ਕੇ ਕਿਸ ਤਰ੍ਹਾਂ ਬੌਖਲਾਹਟ ਦੇ ਵਿੱਚ ਨੇ ਉਹ ਜਾਣਕਾਰੀ ਸਾਂਝੀ ਕੀਤੀ ਹੈ ਇਸ ਪੂਰੇ ਮਾਮਲੇ ਤੇ ਤੁਹਾਡੀ ਕੀ ਰਾਏ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ